ਤੇ ਉਧਰ ਆਸਟ੍ਰੇਲੀਆ ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਸਿੱਕਾ ਬਣਾਇਆ ਗਿਆ। ਇਸ ਸਿੱਕੇ ਦੀ ਖਾਸ ਗੱਲ ਇਸ ਨਾਲ ਜੁੜਿਆ ਗੁਲਾਬੀ ਹੀਰਾ। ਮੰਨਿਆ ਜਾ ਰਿਹਾ ਕਿ ਇਸ ਦੀ ਕੀਮਤ ਲਗਭਗ $25 ਲੱਖ ਹੈ ਤੇ ਭਾਰਤੀ ਰੁਪਏ ਵਿੱਚ ਇਸ ਦੀ ਕੀਮਤ ਲਗਭਗ 17.75 ਕਰੋੜ ਰੁਪਏ ਬੈਠਦੀ ਹੈ। ਇਹ ਸਿੱਕਾ ਹਾਲੇ ਡਾਲਰ ਜਿਹਾ ਦਿਖਦਾ ਹੈ। ਇਸ ਨੂੰ ਸੰਨ 1814 ਵਿੱਚ ਗਵਰਨਰ ਲਾਚਲਾਨ ਮੈਕਕੂਵੇਰੀ ਨੇ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਹੈਲੋ ਡਾਲਰ ਦੋ ਬ੍ਰਿਟਿਸ਼ ਬਸਤੀਆਂ ਦੇ ਪ੍ਰਾਰੰਭਿਕ ਇਤਿਹਾਸ ਵਿੱਚ ਇਸਤੇਮਾਲ ਕੀਤੇ ਗਏ ਸਿੱਕਿਆਂ ਨੂੰ ਦਿੱਤਾ ਗਿਆ ਨਾਂ। ਇਹ ਸਿੱਕਾ 28 ਸਪਟੰਬਰ ਤੱਕ ਮਿੱਟ ਵਿੱਚ ਡਿਸਪਲੇ 'ਤੇ ਰੱਖਿਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਇਸ ਨੂੰ ਵੇਚਿਆ ਨਹੀਂ ਜਾਵੇਗਾ। ਇਹ ਸਿੱਕਾ ਏਸ਼ੀਆ ਜਾਂ ਮੱਧ ਸਾਬਕਾ ਦੇ ਕਿਸੇ ਖਰੀਦਦਾਰ ਦੇ ਹੱਥ ਵਿੱਚ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਿਕ ਇਹ ਸਿੱਕਾ 99.99% ਸੋਨੇ ਨਾਲ ਬਣਿਆ ਹੋਇਆ ਅਤੇ ਇਸ ਵਿੱਚ 4 ਹੀਰੇ ਲੱਗੇ ਹੋਏ ਨੇ। ਆਸਟ੍ਰੇਲੀਆ ਮਿੱਟ ਦੇ ਮੁਖੀ ਅਧਿਕਾਰੀ ਰਿਚਰਡ ਹੇਸ ਦਾ ਕਹਿਣਾ ਕਿ ਖੁਸ਼ਹਾਲੀ ਅਤੇ ਏਕਤਾ ਦਾ ਪ੍ਰਤੀਨਿਧ ਕਰਦਾ ਹੈ ਅਤੇ ਉਹਨਾਂ ਕਿਹਾ ਕਿ ਸੋਨਾ ਅਤੇ ਹੀਰੇ ਸਾਡੀ ਸਭ ਤੋਂ ਜ਼ਿਆਦਾ ਕੀਮਤੀ ਸੰਪਤੀਆਂ ਵਿੱਚੋਂ ਨੇ। ਸਿੱਕੇ 'ਤੇ ਲੱਗੇ ਗੁਲਾਬੀ ਹੀਰੇ ਦੀ ਕੀਮਤ $17 ਲੱਖ ਹੈ। ਉਹਨਾਂ ਕਿਹਾ ਕਿ ਸਿੱਕੇ ਦੇ 7 ਸੰਸਕਰਨਾਂ ਨੂੰ ਲਾਂਚ ਕਰ ਦਿੱਤਾ ਗਿਆ।